ਉਹਨਾਂ ਦੇ ਵਾਸਤੇ ਇਹ ਪ੍ਰਬੰਧਕਾਂ ਨੇ ਜਿਹੜਾ ਮੈਚ ਕਰਵਾਇਆ ਪ੍ਰਬੰਧਕਾਂ ਨੇ ਮੈਚ ਕਰਵਾਇਆ ਕਿ ਕੁੱਖ ਵਿੱਚ ਧੀ ਧਰਤੀ ਵਿੱਚ ਪਾਣੀ ਨਾ ਸਾਂਭੇ ਤਾਂ ਖਤਮ ਕਹਾਣੀ ਉਹ ਗੱਲਾਂ ਸਰੇ ਆ ਆਹ ਦੇਖਾਂਗੇ ਖੇਡਦੇ ਮੈਦਾਨ ਦੇ ਵਿੱਚ ਅੰਮ੍ਰਿਤਸਰ ਦੀ ਟੀਮ ਵੱਲੋਂ ਰੇਡ ਪੈ ਰਹੀ ਆ ਉਧਰਲੀ ਸਾਈਡ ਚਾਰ ਖਿਡਾਰਨਾ ਕਮਲ ਨਾਮ ਆ ਇਸ ਖਿਡਾਰਨ ਦਾ ਉਹ ਦੇਖਾਂਗੇ ਉਧਰਲੀ ਸਾਈਡ ਚਾਰ ਖਿਡਾਰਨਾ ਕੌਣ ਡੱਕੂ ਇਹ ਸਮਾਂ ਦੱਸੂਗਾ ਕੌਣ ਡੱਕੂ ਇਹ ਸਮਾਂ ਦੱਸੂਗਾ ਇਧਰਲੀ ਸਾਈਡ ਕੋਮਲ ਬੁੱਲੋਵਾਲ ਦੀ ਟੀਮ ਵੱਲੋਂ ਕੋਸ਼ਿਸ਼ ਕਰਦੇ ਆ ਪਰ ਕਮਲ ਨਾਮ ਹੈ ਇਸ ਖਿਡਾਰਨ ਦਾ ਜਿਹਨੇ ਪੁਆਇੰਟ ਹਾਸਲ ਕੀਤਾ ਕਬੱਡੀ ਕਲੱਬ ਕਾਲੇ ਬਾਈਆ ਉਹ ਜੱਸਾ ਆਇਆ ਕਾਲੇ ਬਾਈਆ ਵਾਲਾ ਕਰੀਹੇ ਵਾਲੇ ਵੀਰ ਨਾਲ ਤੂੰ ਤੂੰ ਮੈਂ ਹੁਣੀ ਆ ਅਗਲੇ ਮੈਚ ਵਿੱਚ ਹਉ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਲਓ ਪੈਂਦੀ ਰੇਡ ਕਮਲ ਦੀ ਤੇ ਬੋਲ ਕਮਲ ਕਮਲ ਰੇਡ ਪਾ ਰਹੀ ਹੈ ਖੇਡ ਮੈਦਾਨ ਦੇ ਅੰਦਰ ਤੇ ਦੋ ਨੰਬਰ ਤੋਂ ਯਤਨ ਕੀਤਾ ਗਿਆ ਜਫਾ ਲਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਪਰ ਨੰਬਰ ਆਪਣੀ ਟੀਮ ਦੇ ਖਾਤੇ ਵੀ ਜੋੜ ਦਿੱਤਾ ਹੈ ਜਿੰਦਰ ਦੀਆਂ ਤਿੰਨ ਰੇਡਾਂ 1000 ਦੀਆਂ ਹੱਥ ਜੋੜੀਆਂ ਫਿਰ ਗੱਲ ਫੈਸਲਾ ਨੰਬਰ ਦਾ ਹੋਵੇਗਾ ਉਧਰਲੇ ਬੰਨੇ ਸਮਾਂ ਬੀਤਦਾ ਜਾ ਰਿਹਾ ਇੱਕ ਨੰਬਰ ਤੇ ਹਲਕਾ ਟੱਚ ਤੋਂ ਯਾਦ ਕਰਦੀਆਂ ਹੋਈਆਂ ਦੋ ਟੌਪ ਦੀਆਂ ਟੀਮਾਂ ਜਦੋਂ ਯਾਦ ਕਰਦੀਆਂ ਹੋਈਆਂ ਆਲਮਗੀਰ ਜੀ ਕਰਿਓ ਗੱਲ ਖੇਡਦੇ ਮੁਤਾਬਕ ਉਹ ਰੇਡ ਪੈ ਗਈ ਆ ਵਾਕਿਆ ਜਿੱਦੋ ਜਾਇਦ ਹੁੰਦੀ ਆ ਜਿੱਤ ਹਾਰਾਂ ਦੇ ਫੈਸਲੇ ਹੁੰਦੇ ਆ ਪੰਜਾਬ ਦੀਆਂ ਬੱਚੀਆਂ ਖੇਡਦੀਆਂ ਪੰਜਾਬ ਦੇ ਹਰ ਖੇਡ ਮੇਲੇ ਦੇ ਉੱਪਰ ਪਰ ਉਧਰਲੇ ਪਾਸੇ ਜ਼ੋਰ ਲੱਗਿਆ ਹੋਇਆ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨੰਬਰ ਇਸ ਵੇਲੇ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਕਿ ਲੱਖ ਲੱਖ ਮੁੱਲ ਪੈਂਦਾ ਕੱਲੀ ਕੱਲੀ ਰੇਡ ਦਾ ਜੀ ਜਿੰਦ ਨਾਲ ਯਾਰੋ ਜਿਹੜਾ ਹੈ ਕਬੱਡੀ ਖੇਡਦਾ ਹੈ ਐਂਡ ਗੱਲਾਂ ਸਰੇ ਆ ਮੇਰੇ ਵੀਰਿਓ ਇਹ ਸੀਕਰੀ ਪਿੰਡ ਦਾ ਖੇਡ ਮੇਲਾ ਜਸਵੀਰ ਸਿੰਘ ਜੀ ਬਰਾੜ SHO ਥਾਣਾ ਬੁੱਲੋਵਾਲ ਬਰਾੜ ਸਾਹਿਬ ਹੁਣਾਂ ਦਾ ਉਹ ਬੱਲੇ 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 ਆ ਕੀ ਹੋ ਗਿਆ ਉਹ ਸਰਪੰਚ ਸਾਹਿਬ ਕਹਿੰਦੇ 500 ਆ ਖਿਡਾਰਨ ਨੂੰ ਵੀ ਦੇ ਦਿਓ ਆ ਖਿਡਾਰਨ ਕਮਲ ਆ 500 ਕਮਲ ਦੇ ਵਾਸਤੇ ਹੋ ਗਿਆ ਵਾਹ ਜੀ ਵਾਹ